بولے سونے حال ساس بھی اکال become what you think about. ਪ੍ਰਵਾਨ ਕਰੋ ਬਹੁਤ ਹੀ ਪਿਆਰ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਤੁਹਾਡੀ ਸਵਾਗਤ ਇੰਦਰਜੀਤ ਸਿੰਘ ਗੁਗਨਾਨੀ ਪ੍ਰੋਗਰਾਮ ਲੈ ਕੇ ਇੰਸਪਾਇਰਿੰਗ ਮੂਮੈਂਟਸ ਅਤੇ ਅੱਜ ਦੇ ਪ੍ਰੋਗਰਾਮ ਦਾ ਦੋਸਤੋ ਵਿਸ਼ਾ ਹੈ ਸੈਲਫ ਕੌਨਫੀਡੈਂਸ ਆਤਮ ਵਿਸ਼ਵਾਸ ਅੱਜ ਅਸੀਂ ਚਰਚਾ ਕਰਾਂਗੇ ਕਿ ਆਤਮ ਵਿਸ਼ਵਾਸ ਕੀ ਹੁੰਦਾ ਹੈ ਇਸ ਦੀ ਸਾਡੇ ਜੀਵਨ ਲਈ ਕੀ ਮਹੱਤਤਾ ਹੁੰਦੀ ਹੈ ਅਤੇ ਇਸ ਵਿੱਚ ਕਿਵੇਂ ਵਾਧਾ ਕੀਤਾ ਜਾ ਸਕਦਾ ਹੈ ਦੋਸਤੋ ਪਰ ਆਤਮ ਵਿਸ਼ਵਾਸ ਦੀ ਜ਼ਰੂਰਤ ਕੀ ਹੈ ਜੋ ਵੀ ਤੁਸੀਂ ਜੀਵਨ ਦੇ ਵਿੱਚ ਸੁਪਨੇ ਦੇਖਦੇ ਹੋ ਜੇ ਤੁਸੀਂ ਉਹਨਾਂ ਨੂੰ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਵਿੱਚ ਆਤਮ ਵਿਸ਼ਵਾਸ ਘੁੱਟ ਘੁੱਟ ਕੇ ਭਰਿਆ ਹੋਵੇ ਆਤਮ ਵਿਸ਼ਵਾਸ ਕੀ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ 'ਤੇ ਵਿਸ਼ਵਾਸ ਕਰ ਸਕਦੇ ਹਾਂ ਬਿਲੀਵ ਕਰਦੇ ਹਾਂ ਜਾਂ ਟਰੱਸਟ ਕਰਦੇ ਹਾਂ ਜਦੋਂ ਸਾਨੂੰ ਯਕੀਨ ਹੁੰਦਾ ਹੈ ਕਿ ਅਸੀਂ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਚੈਲੰਜਸ ਦਾ ਪੂਰੇ ਹੌਸਲੇ ਨਾਲ ਮੁਕਾਬਲਾ ਕਰ ਸਕਦੇ ਹਾਂ ਤਾਂ ਦੋਸਤੋ ਜਿਉਣ ਦਾ ਆਨੰਦ ਹੀ ਕੁਝ ਹੋਰ ਹੋ ਜਾਂਦਾ ਹੈ ਆਤਮ ਵਿਸ਼ਵਾਸ ਦੀ ਕਮੀ ਹੋਣ ਨਾਲ ਕੀ ਹੁੰਦਾ ਹੈ ਦੋਸਤੋ ਇਸ ਦੀ ਕਮੀ ਕਰਕੇ ਅਸੀਂ ਨਿਰਾਸ਼ਾਵਾਦੀ ਬਣ ਜਾਂਦੇ ਹਾਂ ਸਾਡਾ ਅੱਗੇ ਵਧਣ ਦਾ ਜਜ਼ਬਾ ਘਟਣ ਲੱਗਦਾ ਹੈ ਜਿਸ ਨਾਲ ਅਸੀਂ ਜੀਵਨ ਵਿੱਚ ਕਾਫੀ ਡਾਊਨ ਮਹਿਸੂਸ ਕਰਨ ਲੱਗਦੇ ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਡੀ ਆਵਾਜ਼ ਦੇ ਵਿੱਚ ਦਮ ਨਹੀਂ ਹੁੰਦਾ ਲੋਕ ਸਾਨੂੰ ਵਾਰ ਵਾਰ ਕਹਿੰਦੇ ਨੇ ਜਰਾ ਉੱਚੀ ਬੋਲੋ ਜੀ ਸਾਡਾ ਜਿਹੜਾ ਮੋਰਾਲ ਹੈ ਇੰਨਾ ਘੱਟ ਜਾਂਦਾ ਕਿ ਲੋਕਾਂ ਨੂੰ ਸਾਫ਼ ਇਹ ਝਲਕ ਪੈਂਦੀ ਹੈ ਕਿ ਇਹ ਬੰਦਾ ਜਿਹੜਾ ਨਾ ਇਹਦਾ ਆਤਮ ਵਿਸ਼ਵਾਸ ਜਿਹੜਾ ਬਹੁਤ ਨੀਵੇਂ ਦਰਜੇ ਦਾ ਹੈ ਬਹੁਤ ਘਟਿਆ ਹੋਇਆ ਹੈ ਅਤੇ ਫਿਰ ਸਾਡੀ ਜਿਹੜੀ ਨਿਰਾਸ਼ਾਵਾਦੀ ਸੋਚ ਹੁੰਦੀ ਹੈ ਉਸ ਦਾ ਅਸਰ ਸਾਡੀ ਸਿਹਤ 'ਤੇ ਵੀ ਪੈਣ ਲੱਗਦਾ ਹੈ ਅਤੇ ਫਿਰ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਜਿਵੇਂ ਮੈਂ ਪਹਿਲੇ ਕਿਹਾ ਸੀ ਕਿ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਉਸ ਤਰ੍ਹਾਂ ਦੇ ਬਣ ਜਾਂਦੇ ਹੋ ਯੂ ਬਿਕਮ ਵਟ ਯੂ ਥਿੰਕ ਅਬਾਊਟ ਸੋ ਦੋਸਤੋ ਇੱਥੇ ਤੁਸੀਂ ਇਹ ਪੁੱਛ ਸਕਦੇ ਹੋ ਕਿ ਆਖਰ ਜਿਹੜਾ ਆਤਮ ਵਿਸ਼ਵਾਸ ਹੈ ਇਸ ਦੇ ਫਾਇਦੇ ਕੀ ਹਨ ਜੇ ਸਾਡੇ ਵਿੱਚ ਬਹੁਤ ਜ਼ਿਆਦਾ ਸੈਲਫ ਕੌਨਫੀਡੈਂਸ ਹੋਵੇ ਤਾਂ ਕੀ ਉਹਦੇ ਫਾਇਦੇ ਹੋ ਸਕਦੇ ਹਨ ਦੋਸਤੋ ਜੇ ਸਾਡੇ ਵਿੱਚ ਆਤਮ ਵਿਸ਼ਵਾਸ ਹੈ ਤਾਂ ਲੋਕ ਸਾਡੇ 'ਤੇ ਵਿਸ਼ਵਾਸ ਕਰਦੇ ਹਨ ਕਿਉਂਕਿ ਸਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈ ਅਤੇ ਨਾਲ ਹੀ ਦੂਸਰੇ ਲੋਕ ਸਾਨੂੰ ਜ਼ਿਆਦਾ ਮਾਣ ਅਤੇ ਇੱਜ਼ਤ ਵੀ ਬਖਸ਼ਦੇ ਹਨ ਇਹ ਸ਼ਾਇਦ ਮੈਂ ਪਹਿਲੇ ਵੀ ਇੱਕ ਵਾਰੀ ਮੈਂਸ਼ਨ ਕੀਤਾ ਸੀ ਹੈਨਰੀ ਫੋਰਡ ਇੱਕ ਜਗ੍ਹਾ ਲਿਖਦੇ ਹਨ ਵੈਦਰ ਯੂ ਥਿੰਕ ਯੂ ਕੈਨ ਔਰ ਵੈਦਰ ਯੂ ਥਿੰਕ ਯੂ ਕੈਨ ਔਰ ਥਿੰਕ ਯੂ ਕਾਂਟ ਯੂ ਆਰ ਰਾਈਟ ਇੱਕ ਵਾਰੀ ਫਿਰ ਰਿਪੀਟ ਕਰਦਾ ਮੈਂ ਹੈਨਰੀ ਫੋਰਡ ਲਿਖਦੇ ਨੇ ਵੈਦਰ ਯੂ ਥਿੰਕ ਯੂ ਕੈਨ ਔਰ ਯੂ ਥਿੰਕ ਯੂ ਕਾਂਟ ਯੂ ਆਰ ਰਾਈਟ ਹੁਣ ਦੋਵੇਂ ਤਰੀਕੇ ਨਾਲ ਤੁਸੀਂ ਕਿਵੇਂ ਰਾਈਟ ਹੋ ਸਕਦੇ ਹੋ ਇਸ ਕਰਕੇ ਕਿ ਜੇ ਤੁਹਾਨੂੰ ਪਹਿਲੇ ਹੀ ਇਹ ਲੱਗਦਾ ਹੈ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਉਹ ਕੰਮ ਨਹੀਂ ਕਰ ਸਕਦੇ ਸੋ ਤੁਸੀਂ ਠੀਕ ਹੋ ਪਰ ਜੇਕਰ ਪਹਿਲੇ ਹੀ ਤੁਹਾਨੂੰ ਫੁੱਲ ਕੌਨਫੀਡੈਂਸ ਹੈ ਕਿ ਯੈਸ ਮੇਰੇ ਵਿੱਚ ਇੰਨੀ ਹਿੰਮਤ ਇੰਨੀ ਮਿਹਨਤ ਇੰਨੀ ਜਜ਼ਬਾ ਭਰਿਆ ਹੋਇਆ ਹੈ ਕਿ ਮੈਂ ਇਸ ਕੰਮ ਨੂੰ ਕਰ ਸਕਦਾ ਹਾਂ ਤਾਂ ਤੁਸੀਂ ਉਸ ਕੰਮ ਨੂੰ ਕਰਨ ਵਿੱਚ ਸਫਲ ਹੋ ਜਾਵੋਗੇ ਸੋ ਦੋਸਤੋ ਜੇ ਤੁਸੀਂ ਸੋਚਦੇ ਹੋ ਕਿ ਮੈਂ ਇਸ ਕੰਮ 'ਤੇ ਪੂਰਾ ਜ਼ੋਰ ਲਗਾ ਕੇ ਇਸ ਦੇ ਵਿੱਚੋਂ ਜੋ ਅਚੀਵ ਕਰਨਾ ਚਾਹੁੰਦਾ ਹਾਂ ਜ਼ਰੂਰ ਕਰਾਂਗਾ ਤਾਂ ਤੁਹਾਨੂੰ ਉਹ ਜ਼ਰੂਰ ਮਿਲੇਗਾ ਤੁਸੀਂ ਕਈ ਵਾਰੀ ਨੋਟ ਕੀਤਾ ਹੋਵੇਗਾ ਕਿ ਕਈ ਅਮੀਰ ਲੋਕ ਵੀ ਜਿਹੜੇ ਨੇ ਨਾ ਉਹ ਉਦਾਸੀ ਦੇ ਹਨੇਰਿਆਂ ਵਿੱਚ ਗੁਆਚ ਜਾਂਦੇ ਹਨ ਉਸ ਦਾ ਕੀ ਕਾਰਨ ਹੁੰਦਾ ਹੈ ਉਹਨਾਂ ਦਾ ਵੀ ਜੋ ਆਤਮ ਵਿਸ਼ਵਾਸ ਹੁੰਦਾ ਨਾ ਉਹ ਕਿਤੇ ਨਾ ਕਿਤੇ ਡਗਮਗਾ ਜਾਂਦਾ ਨਿਰਾਸ਼ਾਵਾਦੀ ਸੋਚ ਜਿਹੜੀ ਉਹਨਾਂ 'ਤੇ ਇੰਨੀ ਹਾਵੀ ਹੋ ਜਾਂਦੀ ਹੈ ਕਿ ਕਈ ਵਾਰੀ ਉਹ ਆਤਮ ਹੱਤਿਆ ਤੱਕ ਕਰ ਲੈਂਦੇ ਨੇ ਸ਼ਾਇਦ ਤੁਸੀਂ
ਕਮੇਡੀਅਨ ਰੋਬਿਨ ਵਿਲੀਅਮਸ ਦਾ ਨਾਂ ਸੁਣਿਆ ਹੋਏਗਾ। ਜਦੋਂ ਇਹੋ ਜਿਹੇ ਲੋਕ ਵੀ ਆਤਮ ਹੱਤਿਆ ਕਰਦੇ ਨੇ ਤਾਂ ਅਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਇਸ ਦੇ ਕੋਲੋਂ ਜੀਵਨ ਦਾ ਹਰ ਸੁੱਖ ਆਰਾਮ ਐਸ਼ੋ ਇਸ਼ਰਤ ਸੀ ਅਤੇ ਫਿਰ ਵੀ ਇਸ ਨੇ ਆਤਮ ਹੱਤਿਆ ਕਰ ਲਈ। ਮੈਂ ਇੱਕ ਵਾਰ ਕਾਇਲੀ ਮੈਨੋਗ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਅਤੇ ਉਸ ਦੇ ਵਿੱਚ ਉਹ ਕਹਿੰਦੀ ਹੈ ਕਿ ਜਦੋਂ ਮੈਂ ਬਾਹਰ ਲੋਕਾਂ ਦੇ ਸਾਹਮਣੇ ਪ੍ਰੈਜੈਂਟੇਸ਼ਨ ਕਰਦੀ ਹਾਂ ਸਟੇਜ 'ਤੇ ਜਾ ਕੇ ਤਾਂ ਲੱਖਾਂ ਦੀ ਤਾਦਾਦ 'ਚ ਲੋਕ ਖੜ੍ਹੇ ਹੁੰਦੇ ਨੇ, ਪਰ ਜਿਵੇਂ ਹੀ ਮੈਂ ਵਾਪਸ ਆਪਣੇ ਹੋਟਲ ਦੇ ਕਮਰੇ ਵਿੱਚ ਜਾਂਦੀ ਹਾਂ ਤਾਂ ਮੈਂ ਦੇਖਦੀ ਹਾਂ ਮੈਂ ਬਿਲਕੁਲ ਇਕੱਲੀ ਰਹਿ ਗਈ ਹਾਂ ਜਿਸ ਦਾ ਕੋਈ ਦੋਸਤ ਨਹੀਂ। ਅਤੇ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਉਹਨੂੰ ਕੈਂਸਰ ਦੀ ਪ੍ਰੋਬਲਮ ਵੀ ਹੋ ਗਈ ਸੀ। ਸੋ ਦੋਸਤੋ, ਕਈ ਵਾਰੀ ਸਰ ਤਨ ਦੌਲਤ ਸਭ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਹੈਰਾਨ ਹੋਵੋਗੇ ਲੋਕ ਅੰਦਰੋਂ ਕਿੰਨੇ ਇਕੱਲੇ ਹਨ। ਜੇ ਤੁਹਾਡੇ ਕੋਲ ਤੁਹਾਡਾ ਪਰਿਵਾਰ ਹੈ, ਦੋਸਤ ਮਿੱਤਰ ਹਨ, ਰਿਸ਼ਤੇਦਾਰ ਹਨ ਅਤੇ ਤੁਹਾਡੀ ਉਹਨਾਂ ਨਾਲ ਗੱਲਬਾਤ ਅੱਛੀ ਤਰ੍ਹਾਂ ਬਣਦੀ ਹੈ ਤਾਂ ਤੁਹਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੋਣੀ ਚਾਹੀਦੀ ਹੈ। ਇੱਥੇ ਅਸੀਂ ਸਵਾਲ ਕਰ ਸਕਦੇ ਹਾਂ ਕਿ ਤੁਸੀਂ ਜੋ ਕਿਸੇ ਦੇ ਵਿੱਚ ਜੇ ਆਤਮ ਵਿਸ਼ਵਾਸ ਹੈ ਤਾਂ ਉਸਨੂੰ ਦੇਖ ਸਕਦੇ ਹੋ? ਹਾਂ, ਤੁਸੀਂ ਬਿਲਕੁਲ ਜਿਹੜਾ ਨਾ ਆਤਮ ਵਿਸ਼ਵਾਸ ਬੰਦੇ ਦੇ ਵਿੱਚ ਦੇਖ ਸਕਦੇ ਹੋ, ਉਹ ਕਦੇ ਛੁਪਿਆ ਨਹੀਂ ਰਹਿੰਦਾ। ਇਹ ਕਿਸ ਤਰ੍ਹਾਂ ਕਿ ਤੁਹਾਡੇ ਪਹਿਰਾਵੇ ਵਿੱਚ, ਤੁਹਾਡੇ ਬੋਲਚਾਲ ਦੇ ਢੰਗ ਵਿੱਚ, ਤੁਹਾਡੇ ਚਿਹਰੇ ਦੇ ਹਾਵ ਭਾਵ ਦੇ ਵਿੱਚ, ਹਰ ਚੀਜ਼ ਵਿੱਚ ਤੁਹਾਡੇ ਆਤਮ ਵਿਸ਼ਵਾਸ ਦੀ, ਸੈਲਫ ਕੌਨਫੀਡੈਂਸ ਦੀ ਝਲਕ ਨਜ਼ਰ ਪੈਂਦੀ ਹੈ। ਤੁਸੀਂ ਕਦੇ ਅਬਜ਼ਰਵ ਕਰਨ ਦੀ ਕੋਸ਼ਿਸ਼ ਕਰੋ, ਕਿਸੇ ਫੈਕਟਰੀ ਦੇ ਮਾਲਕ ਵੱਲ ਦੇਖੋ ਤੁਰਦਿਆਂ ਹੋਇਆ, ਜਾਂ ਕਿਸੇ ਫੈਕਟਰੀ ਦੇ ਮੈਨੇਜਰ ਵੱਲ ਦੇਖੋ ਤੁਸੀਂ ਤੁਰਦਿਆਂ ਹੋਇਆ, ਅਤੇ ਤੁਸੀਂ ਚਾਹੇ ਤੁਹਾਨੂੰ ਇਹ ਪਤਾ ਨਹੀਂ ਕਿ ਉਹ ਮੈਨੇਜਰ ਹੈ ਜਾਂ ਮਾਲਕ ਹੈ, ਪਰ ਤੁਹਾਨੂੰ ਉਹਦੀ ਚਾਲ ਤੋਂ ਪਤਾ ਲੱਗ ਜਾਏਗਾ ਕਿ ਇਹ ਆਦਮੀ ਕੋਈ ਪੋਜੀਸ਼ਨ ਰੱਖਦਾ ਹੈ, ਕਿਉਂਕਿ ਉਸ ਚਾਲ ਵਿੱਚ ਇੱਕ ਤੇਜ਼ੀ ਹੋਏਗੀ, ਇੱਕ ਰਵਾਨਗੀ ਹੋਏਗੀ, ਉਸ ਦਾ ਚੱਲਣ ਸਮੇਂ ਸਰੀਰ ਸਟ੍ਰੇਟ ਹੋਏਗਾ, ਇੱਦਾਂ ਢਿੱਲਾ ਹੋ ਕੇ ਨਹੀਂ ਤੁਰਿਆ ਫਿਰੇਗਾ। ਉਸ ਦਾ ਜਿਹੜਾ ਆਤਮ ਵਿਸ਼ਵਾਸ ਹੈ ਉਹਦੇ ਚਿਹਰੇ ਤੋਂ ਡਲਕਾਂ ਮਾਰ ਰਿਹਾ ਹੋਵੇਗਾ, ਅਤੇ ਜੇ ਉਹ ਢਿੱਲਾ ਜਿਹਾ ਹੋ ਕੇ ਤੁਰ ਰਿਹਾ ਤਾਂ ਇਹਦਾ ਮਤਲਬ ਹੈ ਕਿ ਉਹ ਮੈਨੇਜ ਇੰਨੇ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਕੰਮ ਹੈ ਉਹ ਨਹੀਂ ਕਰ ਪਾਏਗਾ। ਮੇਰਾ ਇੱਕ ਦੋਸਤ, ਮੈਨੂੰ ਖਿਆਲ ਆ ਰਿਹਾ ਕਿ ਇਹ ਕਾਫੀ ਪੁਰਾਣੀ ਗੱਲ ਹੈ, ਉਹ ਨਾ ਅਜੇ ਵੀ, ਪਰ ਉਹਦੀ ਪੁਰਾਣੀ ਗੱਲ ਜਦੋਂ ਹਾਲੇ ਉਹ ਯੰਗ ਹੀ ਹੁੰਦਾ ਸੀ, ਉਹ ਕਿਸੇ ਵੀ ਜਗ੍ਹਾ 'ਤੇ ਜਾਂਦਾ ਸੀ ਨਾ ਉਹਦਾ ਕੰਮ ਹੋ ਜਾਂਦਾ ਸੀ, ਪਰ ਉਹਦੀ ਖਾਸੀਅਤ ਸੀਗੀ ਉਹਨੇ ਇੱਕ ਤਾਂ ਕੱਪੜੇ ਬੜੇ ਸਲੀਕੇ ਵਾਲੇ ਪਾਏ ਹੁੰਦੇ ਸੀ, ਦੂਸਰਾ ਜਦੋਂ ਤੁਰਦਾ ਸੀ ਨਾ ਤਾਂ ਉਹਦੇ ਵਿੱਚ ਇੰਨਾ ਕੌਨਫੀਡੈਂਸ ਜਿਵੇਂ ਵੀ ਹੀ ਓਨਸ ਐਵਰੀਥਿੰਗ, ਜਿੱਦਾਂ ਬਸ ਜਿਹੜੀ ਜਗ੍ਹਾ 'ਤੇ ਜਾਂਦਾ ਸੀ ਇੱਦਾਂ ਲੱਗਦਾ ਸੀ ਇਹਦਾ ਮਾਲਕ ਇਹੋ ਹੀ ਹੈ, ਉਹਨੂੰ ਨਾ ਕੋਈ ਰੋਕਦਾ ਟੋਕਦਾ ਸੀ, ਉਹ ਜਿਹੜਾ ਕੰਮ ਕਰਾਉਣ ਜਾਂਦਾ ਸੀ ਉਹ ਕਰਾ ਕੇ ਆ ਜਾਂਦਾ ਸੀ। ਅਸੀਂ ਹੈਰਾਨ ਹੋਇਆ ਕਰਦੇ ਸੀ ਕਿ ਇਸ ਇਨਸਾਨ ਦਾ ਹਰ ਕੰਮ ਕਿਵੇਂ ਹੋ ਜਾਂਦਾ, ਕਿਉਂਕਿ ਉਹਦੇ ਵਿੱਚ ਸੈਲਫ ਕੌਨਫੀਡੈਂਸ ਸੀ। ਮੈਂ ਉਸ ਬੰਦੇ ਕੋਲ ਬਹੁਤ ਕੁਝ ਸਿੱਖਿਆ ਸੀ। ਦੋਸਤੋ, ਵਾਰ ਵਾਰ ਇੱਕ ਸਾਡੇ ਇੱਥੇ ਸਵਾਲ ਦਿਮਾਗ 'ਚ ਆ ਜਾਂਦਾ, ਆ ਸਕਦਾ ਕਿ ਵੀ ਜਿਹੜੀ ਆਤਮ ਵਿਸ਼ਵਾਸ ਦੀ ਕਮੀ ਦਾ ਕਾਰਨ ਕੀ ਹੋ ਸਕਦਾ, ਕਿਉਂ ਸਾਡੇ ਵਿੱਚ ਆਤਮ ਵਿਸ਼ਵਾਸ ਜਿਹੜਾ ਘੱਟ ਜਾਂਦਾ। ਉਹਦੀ ਕਮੀ ਦਾ ਕਾਰਨ ਇਹ ਵੀ ਹੋ ਸਕਦਾ ਕਿ ਅਸੀਂ ਵਾਰ ਵਾਰ ਜਦੋਂ ਨਿਰਾਸ਼ਾਵਾਦੀ ਸੋਚਣ ਲੱਗਦੇ ਹਾਂ ਨਾ, ਤਾਂ ਉਹਦੇ ਨਾਲ ਜਿਹੜਾ ਸਾਡਾ ਜਿਹੜਾ ਕੌਨਫੀਡੈਂਸ ਲੈਵਲ ਹੈ ਨਾ ਉਹ ਘਟਣ ਲੱਗਦਾ, ਉਹਦੀ ਕਮੀ ਹੋਣ ਲੱਗਦੀ ਹੈ। ਜਾਂ ਜਿਵੇਂ ਕਈ ਵਾਰੀ ਅਸੀਂ ਕੋਈ ਨਵਾਂ ਕੰਮ ਕਰਨਾ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਇੰਝ ਲੱਗਦਾ ਕਿ ਵੀ ਅਸੀਂ ਇਸ ਕੰਮ ਵਿੱਚ ਸਫਲ ਨਹੀਂ ਹੋ ਸਕਾਂਗੇ, ਅਤੇ ਅਸੀਂ ਵਾਰ ਵਾਰ ਆਪਣੇ ਅੰਦਰ ਜਿੱਦਾਂ ਨਾ ਸੈਲਫ ਟੋਕ ਕਰੀ ਜਾਈਦੀ ਹੈ, ਅਤੇ ਉਹ ਰਬਿਸ਼ ਵਾਰ ਵਾਰ ਰਿਪੀਟ ਕਰੀ ਜਾਂਦੇ ਕਿ ਇਹ ਕੰਮ ਥੋੜ੍ਹਾ ਔਖਾ ਲੱਗਦਾ, ਮੈਂ ਸ਼ਾਇਦ ਇਹਨੂੰ ਕਰ ਨਹੀਂ ਪਾਵਾਂਗਾ, ਅਤੇ ਉਹਦੇ ਨਾਲ ਸਾਡਾ ਜਿਹੜਾ ਕੌਨਫੀਡੈਂਸ ਬਹੁਤ ਲੋ ਲੈਵਲ ਦਾ ਹੋ ਜਾਂਦਾ, ਅਤੇ ਉਹਦੇ ਨਾਲ ਫਿਰ ਕਾਮਯਾਬੀ ਮਿਲਣੀ ਜਿਹੜੀ ਬੜੀ ਮੁਸ਼ਕਲ ਹੋ ਜਾਂਦੀ ਹੈ। ਕਈ ਵਾਰੀ ਤੁਸੀਂ ਇਹ ਵੀ ਨੋਟ ਕੀਤਾ ਹੋਵੇਗਾ ਕਿ ਕਈ ਮਾਂ ਬਾਪ ਜਿਹੜੇ ਨਾ ਬੱਚਿਆਂ ਨੂੰ ਹਰ ਸ਼ੈ ਜਿਹੜੀ ਥਾਲੀ ਵਿੱਚ ਪਰੋਸ ਕੇ ਦੇਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੇ ਲਈ ਹਰ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਇੰਨਾ ਲਾਡ ਪਿਆਰ ਉਹਨਾਂ ਨੂੰ ਦਿੰਦੇ ਨੇ ਕਿ ਬੱਚੇ ਜਿਹੜੇ ਨੇ ਨਾ ਉਹ ਸ਼ਾਇਦ ਵਿਗੜਨ ਦੀ ਨਹੀਂ ਮੈਂ ਗੱਲ ਕਰ ਰਿਹਾ, ਇੱਥੇ ਮੈਂ ਇਹ ਗੱਲ ਕਰ ਰਿਹਾ ਕਿ ਉਹਨਾਂ ਦੀ ਡਿਵੈਲਪਮੈਂਟ ਜਿਹੜੀ ਉਸ ਤਰੀਕੇ ਨਾਲ ਨਹੀਂ ਹੋ ਪੈਂਦੀ, ਉਹਨਾਂ ਦੇ ਵਿੱਚ ਉਹ ਕੌਨਫੀਡੈਂਸ ਨਹੀਂ ਬਣ ਪੈਂਦਾ, ਅਤੇ ਜਿਵੇਂ ਹੀ ਫਿਰ ਛੋਟੀ ਜਿਹੀ ਕੋਈ ਪ੍ਰੋਬਲਮ ਆਉਂਦੀ, ਕੋਈ ਮੁਸੀਬਤ ਆਉਂਦੀ ਹੈ ਤਾਂ ਉੱਥੇ ਉਹ ਢੇਰੀ ਢਾ ਲੈਂਦੇ ਨੇ। ਇੱਥੇ ਜੇ ਸਪੋਜ਼ ਕਰੋ, ਜੇ ਤੁਸੀਂ ਇਹਦਾ ਪ੍ਰੈਕਟੀਕਲ ਉਦਾਹਰਣ ਦੇਖਣੀ ਹੋਵੇ ਤਾਂ ਤੁਸੀਂ ਜਿਵੇਂ ਆਪਣੇ ਬੱਚਿਆਂ ਨੂੰ ਲਾਇਬ੍ਰੇਰੀ ਲੈ ਕੇ ਜਾਂਦੇ ਆ, ਅਤੇ ਬੱਚਾ ਤੁਹਾਡੇ ਕੋਲੋਂ ਉਹਨੂੰ ਕੋਈ ਕਿਤਾਬ ਚਾਹੀਦੀ ਹੈ ਜਾਂ ਕੋਈ ਇਨਫੋਰਮੇਸ਼ਨ ਚਾਹੀਦੀ, ਉਹ ਤੁਹਾਨੂੰ ਪਹਿਲੇ ਕਹੇਗਾ ਕਿਉਂਕਿ ਤੁਸੀਂ ਉਹਦੇ ਪੇਰੈਂਟਸ ਹੈਗੇ ਜਾਂ ਬ੍ਰਦਰ ਸਿਸਟਰ ਜੋ ਵੀ ਹੈ। ਪਰ ਜੇ ਤੁਸੀਂ ਥੋੜ੍ਹਾ ਜਿਹਾ ਉੱਥੇ ਇੰਟੈਲੀਜੈਂਟ ਬਣੋ ਅਤੇ ਤੁਸੀਂ ਉਹਨੂੰ ਅਸਿਸਟੈਂਟ ਕੋਲ ਲੈ ਜਾਓ, ਲਾਇਬ੍ਰੇਰੀ ਅਸਿਸਟੈਂਟ ਕੋਲੋਂ, ਅਤੇ ਉਹਨਾਂ ਨੂੰ ਕਹੋ ਕਿ ਵੀ ਉਹਨੂੰ ਕਹੋ ਕਿ ਤੂੰ ਇਸ ਅਸਿਸਟੈਂਟ ਕੋਲੋਂ ਪੁੱਛ, ਮੈਂ ਇੱਥੇ ਖੜ੍ਹਾ ਹੈਗਾ ਹਾਂ, ਜੇ ਕੋਈ ਪ੍ਰੋਬਲਮ ਆਏਗੀ ਤਾਂ ਮੈਂ ਤੇਰੀ ਹੈਲਪ ਕਰਾਂਗਾ, ਕਿਉਂਕਿ ਤੁਸੀਂ ਕੋਲ ਖੜ੍ਹੇ ਹੈ, ਬੱਚੇ ਨੂੰ ਕੌਨਫੀਡੈਂਸ ਰਹੇਗਾ। ਅਤੇ ਬੱਚਾ ਜਦੋਂ 1, 2, 3, 4 ਵਾਰੀ ਇੱਦਾਂ ਤੁਸੀਂ ਉਹਨੂੰ ਪ੍ਰੈਕਟਿਸ ਕਰਾਓਗੇ ਨਾ, 5ਵੀਂ ਵਾਰੀ ਤੁਸੀਂ ਨੋਟਿਸ ਕਰੋਗੇ ਕਿ ਜਦੋਂ ਉਹਨੂੰ ਕੋਈ ਚੀਜ਼ ਚਾਹੀਦੀ ਹੋਵੇਗੀ ਉਹ ਇਕੱਲਾ ਚੁੱਪ ਚਾਪ ਉਸ ਅਸਿਸਟੈਂਟ ਕੋਲੋਂ ਜਾ ਕੇ ਪੁੱਛ ਲਏਗਾ। ਸੋ ਦੋਸਤੋ, ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਉਹਨਾਂ ਨੂੰ ਬੱਚਿਆਂ ਨੂੰ ਟ੍ਰੇਨਿੰਗ ਦੇ ਸਕਦੇ ਹੋ।
ਇਸ ਦੇ ਨਾਲ ਨਾਲ ਹੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਕੰਫੀਡੈਂਸ ਦੀ ਘਾਟ ਜਾਂ ਆਤਮ ਵਿਸ਼ਵਾਸ ਦੀ ਘਾਟ ਕਿਵੇਂ ਹੋ ਜਾਂਦੀ ਹੈ, ਕਈ ਵਾਰੀ ਜਦੋਂ ਅਸੀਂ ਕਿਤੇ ਬੋਲਣਾ ਹੁੰਦਾ ਸਟੇਜ 'ਤੇ ਜਾਂ ਕੋਈ ਕੰਮ ਨਵਾਂ ਕਰਨਾ ਹੁੰਦਾ ਸਟੇਜ 'ਤੇ ਬੋਲਣਾ, ਅਤੇ ਜੇ ਸਾਡੀ ਵਿਸ਼ੇ ਬਾਰੇ ਪੂਰੀ ਤਿਆਰੀ ਨਹੀਂ ਹੈਗੀ ਤਾਂ ਸਾਡਾ ਆਪਣੇ ਆਪ ਹੀ ਕੰਫੀਡੈਂਸ ਲੋਅ ਹੋ ਜਾਣਾ ਕਿ ਸਾਨੂੰ ਮੈਂਟਲੀ ਇਹ ਲੱਗਦਾ ਰਹਿਣਾ ਕਿ ਮੈਨੂੰ ਇਸ ਵਿਸ਼ੇ ਬਾਰੇ ਪੂਰੀ ਜਾਣਕਾਰੀ ਨਹੀਂ। ਅਤੇ ਜੇਕਰ ਆਪਾਂ ਕੋਈ ਕੰਮ ਨਵਾਂ ਕਰਨ ਲੱਗੇ ਹਾਂ ਅਤੇ ਉਹਨੂੰ ਉਹਦੀ ਪੂਰੀ ਤਿਆਰੀ ਨਹੀਂ ਕੀਤੀ ਹੈਗੀ ਜਾਂ ਉਹਨੂੰ ਚੰਗੀ ਤਰ੍ਹਾਂ ਪ੍ਰੈਕਟਿਸ ਨਹੀਂ ਕੀਤੀ ਹੈਗੀ, ਜੇ ਸਟੇਜ 'ਤੇ ਵੀ ਬੋਲਣਾ ਹੋ ਗਿਆ ਉਹਦੀ ਚੰਗੀ ਤਰ੍ਹਾਂ ਪ੍ਰੈਕਟਿਸ ਨਹੀਂ ਕੀਤੀ ਜਾਂ ਕਿਸੇ ਵੀ ਵਜ੍ਹਾ ਕਰਕੇ ਉਹ ਅਸੀਂ ਡਾਊਨ ਫੀਲ ਕਰਾਂਗੇ ਇੰਟਰਨਲੀ, ਸਾਡੇ ਵਿੱਚ ਉਹ ਕੌਨਫੀਡੈਂਸ ਨਹੀਂ ਹੋਏਗਾ। ਮੈਂ ਵੀ ਨੋਟ ਕੀਤਾ ਕਿ ਕਈ ਵਾਰੀ ਸਪੋਜ਼ ਕਰੋ ਅਸੀਂ ਕਿਸੇ ਕੰਪੀਟੀਸ਼ਨ 'ਤੇ ਜਾਂਦੇ ਹਾਂ ਅਤੇ ਸਾਹਮਣੇ ਬੰਦੇ ਦੀ ਜਦੋਂ ਅਸੀਂ ਪੂਰੀ ਤਿਆਰੀ ਦੇਖਦੇ ਹਾਂ ਨਾ ਤਾਂ ਅਸੀਂ ਉਹ ਭੈਭੀਤ ਹੋ ਜਾਂਦੇ, ਉਸ ਤੋਂ ਵੀ ਡਰ ਜਾਂਦੇ। ਅਸੀਂ ਇਹ ਸੋਚਦੇ ਹਾਂ ਕਿ ਯਾਰ ਇਹਨੇ ਤਾਂ ਬੜੀ ਤਿਆਰੀ ਕੀਤੀ ਹੈ ਅਤੇ ਮੈਂ ਉਹ, ਅਸੀਂ ਉਸ ਵੇਲੇ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਵੀ ਉੱਥੇ ਪੂਰੀ ਤਿਆਰੀ ਕਰਕੇ ਆਏ ਹੋਏ ਹਾਂ। ਅਤੇ ਇਹੀ ਚੀਜ਼ ਆਪਾਂ ਨੂੰ ਦੱਸਣ ਦੀ ਲੋੜ ਹੈ ਆਪਣੇ ਆਪ ਨੂੰ ਉਸ ਸਮੇਂ ਦੇ ਵਿੱਚ ਕਿ ਮੈਂ ਜਿੰਨੀ ਤਿਆਰੀ ਕਰ ਸਕਦਾ ਸੀ ਮੈਂ ਤਿਆਰੀ ਕਰਕੇ ਆਇਆ ਹੈਗਾ, ਬਾਕੀ ਸਭ ਕੁਝ ਉੱਪਰ ਵਾਲੇ ਦੇ ਹੱਥ ਛੱਡ ਦਿੰਦਾ। ਅਤੇ ਉਹਦੇ ਨਾਲ ਕੀ ਹੋਏਗਾ ਕਿ ਤੁਹਾਡਾ ਜਿਹੜਾ ਮਾਇੰਡ ਥੋੜ੍ਹਾ ਕਾਮ ਡਾਊਨ ਹੋ ਜਾਏਗਾ ਅਤੇ ਤੁਹਾਡਾ ਜਿਹੜਾ ਕੌਨਫੀਡੈਂਸ ਲੈਵਲ ਹੈ ਉਹ ਬਣਿਆ ਰਹੇਗਾ। ਜਿਹੜੀ ਇੱਥੇ ਮੈਂ ਹੁਣ ਅਗਲੀ ਗੱਲ ਜਿਹੜੀ ਇਹ ਕਰਨੀ ਚਾਹੁੰਦਾ ਕਿ ਸਾਡੀ ਜਿਹੜੀ ਆਤਮ ਵਿਸ਼ਵਾਸ ਵਿਚਲੀ ਕਮੀ ਦਾ ਦੋਸ਼ ਜਿਹੜਾ ਹੈ, ਕਿ ਅਸੀਂ ਇਹ ਕਿਸੇ ਦੇ ਉੱਤੇ ਦੋਸ਼ ਦੇ ਸਕਦੇ ਹਾਂ, ਨਹੀਂ, ਇਹ ਜਿਹੜਾ ਦੋਸ਼ ਹੈ ਨਾ ਇਹ ਸਿਰਫ ਤੋਂ ਸਿਰਫ ਆਪਣੇ ਆਪ ਨੂੰ ਦੇਣਾ ਪੈਣਾ ਸਾਨੂੰ। ਜੇ ਅਸੀਂ ਆਪਣੀਆਂ ਕਮੀਆਂ ਦਾ, ਆਪਣੀਆਂ ਗਲਤੀਆਂ ਦਾ ਦੋਸ਼ ਦੂਜੇ ਸਿਰ ਮੜਾਂਗੇ ਨਾ ਤਾਂ ਅਸੀਂ ਜੀਵਨ ਵਿੱਚ ਕਦੀ ਵੀ ਜਿਹੜਾ ਆਤਮ ਵਿਸ਼ਵਾਸ ਜਿਹੜਾ ਹਾਸਲ ਨਹੀਂ ਕਰ ਪਾਵਾਂਗੇ, ਕਦੇ ਸਫਲਤਾ ਹਾਸਲ ਨਹੀਂ ਕਰ ਸਕਾਂਗੇ ਜੇਕਰ ਅਸੀਂ ਆਪਣੀਆਂ ਅਸਫਲਤਾਵਾਂ ਦਾ, ਆਪਣੀਆਂ ਨਾਕਾਮੀਆਂ ਦਾ, ਆਪਣੀਆਂ ਗਲਤੀਆਂ ਦਾ ਦੋਸ਼ ਜਿਹੜਾ ਦੂਜਿਆਂ ਦੇ ਸਿਰ ਮੁੜਦੇ ਰਹਾਂਗੇ। ਸਾਨੂੰ ਕਰਨਾ ਕੀ ਚਾਹੀਦਾ? ਸਾਨੂੰ ਕਰਨਾ ਦੋਸਤੋ ਇਹ ਚਾਹੀਦਾ ਕਿ ਕਮੀਆਂ ਲੱਭ ਕੇ ਜਾਂ ਉਹ ਕਮੀ ਕੋਈ ਲੱਭ ਕੇ ਅਤੇ ਉਹਦਾ ਹੱਲ ਕਰਨ ਦਾ ਉਪਰਾਲਾ ਲੱਭਣਾ ਚਾਹੀਦਾ। ਜਦੋਂ ਅਸੀਂ ਉਹਦਾ ਹੱਲ ਲੱਭ ਲਵਾਂਗੇ ਨਾ ਤਾਂ ਫਿਰ ਸਾਡਾ ਜਿਹੜਾ ਆਤਮ ਵਿਸ਼ਵਾਸ ਹੋਰ ਵੀ ਵਧੇਗਾ। ਆਪਾਂ ਗੱਲ ਕਰ ਰਹੇ ਸੀ ਕਿ ਆਤਮ ਵਿਸ਼ਵਾਸ ਜਿਹੜਾ ਉਹ ਨਜ਼ਰ ਆਉਂਦਾ ਅਤੇ ਆਤਮ ਵਿਸ਼ਵਾਸ ਦੂਜਿਆਂ ਨੂੰ ਨਜ਼ਰ ਕਿੱਦਾਂ ਆਵੇ, ਤੁਹਾਡੇ ਵਿੱਚ ਫੁੱਲ ਕੌਨਫੀਡੈਂਸ ਹੈਗਾ ਆ ਉਹ ਜੇ ਤੁਸੀਂ ਦੂਸਰਿਆਂ ਨੂੰ ਵੀ ਸ਼ੋਅ ਕਰਨਾ ਚਾਹੁੰਦੇ ਹੋ ਤਾਂ ਉਹ ਕਿਵੇਂ ਨਜ਼ਰ ਆਵੇ। ਜਦੋਂ ਤੁਸੀਂ ਚੱਲੋ ਅਤੇ ਜਿਵੇਂ ਮੈਂ ਪਹਿਲੇ ਗੱਲ ਕੀਤੀ ਸੀ ਮੈਨੇਜਰ ਜਾਂ ਕੰਪਨੀ ਦਾ ਮਾਲਕ ਹੈਗਾ ਅਤੇ ਉਹ ਸਟਰੇਟ ਤੁਰੇਗਾ, ਉਹ ਝੁੱਕ ਕੇ ਨਹੀਂ ਤੁਰੇਗਾ। ਸੋ ਤੁਸੀਂ ਵੀ ਕੋਸ਼ਿਸ਼ ਕਰੋ ਕਿ ਪੂਰਾ ਸਟਰੇਟ ਆਤਮ ਵਿਸ਼ਵਾਸ ਦੇ ਨਾਲ ਤੁਰੋ ਅਤੇ ਤੁਹਾਡਾ ਆਤਮ ਵਿਸ਼ਵਾਸ ਨਜ਼ਰ ਆਏਗਾ। ਛਾਤੀ ਤਣ ਕੇ ਤੁਰੋ, ਚਾਲ ਨੂੰ ਢਿੱਲੀ ਵੀ ਨਾ ਰੱਖੋ, ਚਾਲ ਥੋੜ੍ਹੀ ਜਿਹੀ ਤੁਹਾਡੀ ਜਿਹੜੀ ਹੈ ਫਾਸਟ ਵੀ ਹੋਣੀ ਚਾਹੀਦੀ ਹੈ, ਕਿਉਂਕਿ ਤੁਸੀਂ ਤੁਹਾਡੇ 'ਤੇ ਕੰਮਾਂ ਦਾ ਪ੍ਰੈਸ਼ਰ ਵੀ ਹੈਗਾ ਅਤੇ ਜੇ ਤੁਸੀਂ ਢਿੱਲਾ ਢਿੱਲਾ ਤੁਰੀ ਜਾਂਦੇ ਹੋ ਤਾਂ ਉਹ ਕੰਮ ਕਿੱਦਾਂ ਨਿਬੜਨਗੇ, ਅਤੇ ਸਿਰ ਵੀ ਥੱਲੇ ਨਾ ਝੁੱਕਿਆ ਹੋਵੇ ਤੁਹਾਡਾ, ਨਹੀਂ ਤਾਂ ਫਿਰ ਵੀ ਉਹੀ ਗੱਲ ਹੋਏਗੀ। ਕੱਪੜੇ ਤੁਹਾਡੇ ਜ਼ਿਆਦਾ ਢਿੱਲੇ ਨਾ ਹੋਣ, ਜ਼ਿਆਦਾ ਭੜਕੇਲੇ ਨਾ ਹੋਣ, ਜ਼ਿਆਦਾ ਅਨਨੈਸੈਸਰਲੀ ਫੈਸ਼ਨੇਬਲ ਨਾ ਹੋਣ। ਚਾਹੀਦਾ ਸਿਰਫ ਇਹ ਹੈ ਕਿ ਕੱਪੜੇ ਸਾਫ਼ ਸੁਥਰੇ ਅਤੇ ਸਲੀਕੇ ਵਾਲੇ ਹੋਣ, ਉਹ ਤੁਹਾਡੀ ਜਿਹੜੀ ਹੈਗੀ ਨਾ ਦੇਖ ਉਹਨੂੰ ਚਾਰ ਚੰਨ ਲਾ ਦਿੰਦੇ ਨੇ। ਕੱਪੜੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਜੱਚਦੇ ਨੇ, ਇਹ ਬਹੁਤ ਜ਼ਰੂਰੀ ਹੈ। ਅਤੇ ਕਿਸ ਤਰ੍ਹਾਂ ਦਾ ਰੰਗ ਤੁਹਾਨੂੰ ਜੱਚਦਾ, ਇਹ ਨਹੀਂ ਕਿ ਤੁਸੀਂ ਇੰਨਾ ਭੜਕੀਲਾ ਜਿਹਾ ਰੰਗ ਪਾ ਲਓ ਜਿਹੜਾ ਤੁਹਾਨੂੰ ਆਪ ਨੂੰ ਵੀ ਕਿਤੇ ਕਿਤੇ ਜਾ ਕੇ ਚੁੱਭਦਾ ਹੋਵੇ ਪਰ ਦੂਸਰੇ ਲੋਕਾਂ ਨੂੰ ਲੱਗਦਾ ਹੋਵੇ ਕਿ ਤੁਸੀਂ ਕੀ ਪਾ ਕੇ ਤੁਰੇ ਫਿਰਦੇ ਹਾਂ, ਕਿਉਂਕਿ ਸਲੀਕੇ ਵਾਲੇ ਸਾਫ਼ ਸੁਥਰੇ ਕੱਪੜਿਆਂ ਨਾਲ ਤੁਹਾਡੀ ਦਿੱਖ ਜਿਹੜੀ ਉਹ ਜ਼ਿਆਦਾ ਨਾਈਸ ਲੱਗਦੀ ਹੈ। ਅਤੇ ਸਾਨੂੰ ਆਤਮ ਵਿਸ਼ਵਾਸ ਦੇ ਲਈ ਕਰਨਾ ਕੀ ਚਾਹੀਦਾ? ਪਹਿਲੀ ਗੱਲ ਤਾਂ ਇਹ ਕਰਨੀ ਚਾਹੀਦੀ ਕਿ ਨਿਰਾਸ਼ਾਵਾਦ ਤੋਂ ਬਚਣਾ ਚਾਹੀਦਾ, ਐਵੇਂ ਢਾਊ ਸੋਚਾਂ ਨਹੀਂ ਸੋਚੀ ਜਾਣੀਆਂ ਚਾਹੀਦੀਆਂ, ਚੜ੍ਹਦੀ ਕਲਾ ਵਿੱਚ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਜ ਦੋਸਤੋ ਟੈਕਨੋਲੋਜੀ ਦਾ ਯੁੱਗ ਹੈ, ਆਪਾਂ ਬਹੁਤ ਕੁਝ ਸਿੱਖ ਸਕਦੇ ਹਾਂ, ਇਸ ਕਰਕੇ ਆਪਣੇ ਵਿੱਚ ਕਮੀਆਂ ਲੱਭਣ ਦੀ ਕੋਸ਼ਿਸ਼ ਕਰੋ ਕਿ ਕਿਹੜੀ ਚੀਜ਼ ਮੈਨੂੰ ਸਿੱਖਣ ਦੀ ਲੋੜ ਹੈ, ਅਤੇ ਫਿਰ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ, ਆਪਣੇ ਆਪ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰੋ, ਕੁਛ ਨਾ ਕੁਛ ਨਵਾਂ ਜ਼ਰੂਰ ਸਿੱਖਦੇ ਰਹੋ। ਇਸੇ ਕਰਕੇ ਮੈਂ ਵਾਰ ਵਾਰ ਕਹਿੰਦਾ ਕਿ ਟ੍ਰਾਈ ਟੂ ਲਰਨ ਐਵਰੀ ਡੇ ਸਮਥਿੰਗ ਨਿਊ, ਅਤੇ ਉਹਦੇ ਨਾਲ ਤੁਹਾਡਾ ਜਿਹੜਾ ਨਾ ਗਿਆਨ ਵਧਣ ਨਾਲ ਤੁਹਾਡਾ ਕੌਨਫੀਡੈਂਸ ਵੀ ਜਿਹੜਾ ਜ਼ਰੂਰ ਵਧੇਗਾ। ਦੋਸਤੋ ਇਸ ਦੇ ਨਾਲ ਨਾਲ ਜੀਵਨ ਦੇ ਵਿੱਚ ਅੱਗੇ ਵਧਣ ਦੇ ਲਈ ਸਖਤ ਮਿਹਨਤ ਅਤੇ ਆਖਰੀ ਮਿਨਟ ਤੱਕ ਲੜਦੇ ਰਹਿਣ ਦਾ ਜਾਂ ਲੱਗੇ ਰਹਿਣ ਦਾ ਜਜ਼ਬਾ ਜਿਹੜਾ ਨਾ ਉਹ ਅੰਦਰ ਪੈਦਾ ਕਰੋ, ਉਹ ਬਹੁਤ ਜ਼ਰੂਰੀ ਹੈ। ਕਿਉਂਕਿ ਸਾਡੀ ਕੀ ਹੁੰਦੀ ਕਿ ਅਸੀਂ ਇਹ ਕੰਮ ਤਾਂ ਸ਼ੁਰੂ ਕਰਦੇ ਹਾਂ ਪਰ ਆਖਰੀ ਮਿਨਟ 'ਤੇ ਨਾ ਥੱਕ ਜਾਂਦੇ ਹਾਂ, ਅਤੇ ਉਹ ਫਿਰ ਜਦੋਂ ਆਖਰੀ ਮਿਨਟ 'ਤੇ ਹੀ ਜਿਹੜਾ ਹਰ ਚੀਜ਼ ਦਾ ਜਿਹੜਾ ਦਾਰੋ ਮਦਾਰ ਹੁੰਦਾ ਨਾ ਉਹ ਆਖਰੀ ਮਿਨਟ 'ਤੇ ਹੀ ਹੁੰਦਾ। ਜੇ ਅਸੀਂ ਆਖਰੀ ਮਿਨਟ ਤੱਕ ਕੈਰੀ ਔਨ ਕਰ ਸਕੀਏ ਤਾਂ ਮੇਰਾ ਖਿਆਲ ਹੈ ਕਿ ਸਫਲਤਾ ਸਾਡੇ ਤੋਂ ਜ਼ਿਆਦਾ ਦੂਰ ਨਹੀਂ ਹੈ। ਇਸ ਦੇ ਨਾਲ ਹੀ ਦੋਸਤੋ ਜੇਕਰ ਤੁਸੀਂ ਮਿਹਨਤੀ ਹੋ ਤਾਂ ਇਸ ਨਾਲ ਵੀ ਤੁਹਾਡਾ ਜਿਹੜਾ ਆਤਮ ਵਿਸ਼ਵਾਸ ਜਿਹੜਾ ਉਹ ਵਧੇਗਾ, ਅਤੇ ਮਿਹਨਤੀ ਤੁਸੀਂ ਬਣੋਗੇ ਕਿੱਦਾਂ, ਜੇ ਵਾਰ ਵਾਰ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਮਿਹਨਤ ਕਰਨ ਦੀ ਆਦਤ ਪੈ ਜਾਏਗੀ, ਉਹਦੇ ਨਾਲ ਵੀ ਤੁਹਾਡਾ ਜਿਹੜਾ ਕੌਨਫੀਡੈਂਸ ਜ਼ਰੂਰ ਵਧੇਗਾ। ਨਾਲ ਹੀ ਦੋਸਤੋ ਜਦੋਂ ਵੀ ਕੋਈ ਕੰਮ ਸ਼ੁਰੂ ਕਰਦੇ ਹੋ ਤਾਂ ਆਪਾਂ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਉਹਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਬਾਰੇ ਜ਼ਰੂਰ ਸੋਚੀਏ ਕਿ ਕੀ ਡਿਫੀਕਲਟੀਜ਼ ਆ ਸਕਦੀਆਂ, ਕਿੱਦਾਂ ਦੇ ਬੈਰੀਅਰਸ ਆ ਸਕਦੇ, ਅਤੇ ਫਿਰ ਇਹ ਸੋਚੋ ਕਿ ਉਹ ਜਿਹੜੇ ਬੈਰੀਅਰਸ ਨੇ ਜਾਂ ਉਹ ਰੁਕਾਵਟਾਂ ਨੇ ਜਾਂ ਮੁਸ਼ਕਲਾਂ ਨੇ ਆਪਾਂ ਉਹਨਾਂ ਨੂੰ ਪਾਰ ਕਿਵੇਂ ਕਰਨਾ, ਕਿਵੇਂ ਉਹਨਾਂ ਤੋਂ ਲੈਸਨ ਸਿੱਖ ਕੇ ਅਤੇ ਅੱਗੇ ਲੰਘਣਾ।
ਇਸ ਦੇ ਨਾਲ ਹੀ ਕਈ ਵਾਰੀ ਕੀ ਹੁੰਦਾ ਕਿ ਆਪਾਂ ਜਦੋਂ ਕਿਸੇ ਮੀਟਿੰਗ ਵਿੱਚ ਜਾਂਦੇ ਜਾਂ ਕਲਾਸਾਂ ਵਿੱਚ ਕੋਈ ਲਰਨ ਕਰਨ ਲਈ ਜਾਂਦੇ ਹਾਂ, ਕਿਉਂਕਿ ਮੈਂ ਚਾਹੁੰਦਾ ਕਿ ਆਪਾਂ ਲਰਨ ਜ਼ਰੂਰ ਕਰੀਏ, ਟ੍ਰੇਨਿੰਗ ਜ਼ਰੂਰ ਲਈਏ, ਅਤੇ ਜਦੋਂ ਵੀ ਆਪਾਂ ਸਿੱਖਣ ਕਿਤੇ ਕੁਛ ਜਾਂਦੇ ਹਾਂ ਜਾਂ ਮੀਟਿੰਗ 'ਚ ਜਾਂਦੇ ਹਾਂ, ਤਾਂ ਬਹੁਤਾ ਪਿੱਛੇ ਨਾ ਬੈਠੋ, ਕਿਉਂਕਿ ਪਿੱਛੇ ਬਹਿਣ ਵਾਲੇ ਮੈਂ ਇਹ ਸਮਝਦਾ ਕਿ ਪਿੱਛੇ ਹੀ ਰਹਿ ਜਾਂਦੇ ਨੇ। ਤੁਸੀਂ ਅੱਗੇ ਬੈਠੋਗੇ ਟੀਚਰ ਦੀ ਜਾਂ ਸਿਖਾਉਣ ਵਾਲੇ ਦੀ ਜਾਂ ਜਿਹੜਾ ਵੀ ਮੀਟਿੰਗ ਚੇਅਰ ਕਰ ਰਿਹਾ, ਤੁਸੀਂ ਅੱਖਾਂ ਵਿੱਚ ਅੱਖਾਂ ਪਾ ਕੇ ਤੁਸੀਂ ਗੱਲ ਕਰੋਗੇ, ਦੇਖੋਗੇ, ਧਿਆਨ ਨਾਲ ਸੁਣੋਗੇ, ਤੁਹਾਨੂੰ ਹਰ ਗੱਲ ਪਤਾ ਲੱਗੇਗੀ, ਹਰ ਕਮਜ਼ੋਰੀ ਪਤਾ ਲੱਗੇਗੀ, ਅਤੇ ਉਹਦੇ ਨਾਲ ਇੱਕ ਤਰ੍ਹਾਂ ਅਚਾਨਕ ਹੀ ਤੁਹਾਡੇ ਵਿੱਚ ਕੌਨਫੀਡੈਂਸ ਵੀ ਆ ਜਾਂਦਾ ਕਿ ਜਦੋਂ ਤੁਹਾਨੂੰ ਕੋਈ ਲੱਗਦਾ ਕਿ ਇਹ ਗੱਲ ਮੈਨੂੰ ਸਮਝ ਨਹੀਂ ਆਈ ਜਾਂ ਇਹ ਗੱਲ ਉੱਚੀ ਨਹੀਂ ਬੋਲੀ ਗਈ, ਤਾਂ ਤੁਸੀਂ ਨੋਟਿਸ ਕਰੋਗੇ ਕਿ ਅਚਾਨਕ ਤੁਸੀਂ ਕਹਿ ਦੋਗੇ ਕਿ ਵੀ ਥੋੜ੍ਹਾ ਜਿਹਾ ਉੱਚੀ ਬੋਲ, ਅਤੇ ਹੌਲੀ ਹੌਲੀ ਤੁਹਾਡਾ ਜਿਹੜਾ ਨਾ ਉਹ ਹੌਸਲਾ ਵਧਣਾ ਸ਼ੁਰੂ ਹੋ ਜਾਏਗਾ, ਅਤੇ ਤੁਸੀਂ ਮੀਟਿੰਗਸ ਦੇ ਵਿੱਚ ਕੁਐਸਚਨ ਵੀ ਕਰ ਸਕੋਗੇ, ਕਈ ਵਾਰੀ ਆਪਣੇ ਵਿਊਜ਼ ਵੀ ਦੇ ਸਕੋਗੇ, ਤੁਹਾਡਾ ਕੌਨਫੀਡੈਂਸ ਜਿਹੜਾ ਇਸ ਤਰ੍ਹਾਂ ਵੀ ਵੱਧ ਸਕਦਾ। ਕਿਸੇ ਨਾਲ ਵੀ ਜਦੋਂ ਗੱਲ ਕਰਦੇ ਹਾਂ ਤਾਂ ਕੋਸ਼ਿਸ਼ ਕਰਨੀ ਚਾਹੀਦੀ ਕਿ ਆਈ ਕੰਟੈਕਟ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕਰੋ, ਇਹਦੇ ਨਾਲ ਤੁਹਾਡਾ ਜਿਹੜਾ ਨਾ ਕੌਨਫੀਡੈਂਸ ਨਜ਼ਰ ਆਉਂਦਾ ਹੈ। ਗੱਲਬਾਤ ਵੀ ਸਲੀਕੇ ਨਾਲ ਕਰਨੀ ਚਾਹੀਦੀ ਹੈ, ਹੱਥਾਂ ਦਾ ਜੈਸਟਰ ਜਿਹੜਾ ਬਹੁਤ ਇੰਪੋਰਟੈਂਟ ਹੈਗਾ ਕਿ ਕਿਸ ਤਰ੍ਹਾਂ ਤੁਸੀਂ ਹੱਥ ਜਦੋਂ ਗੱਲ ਕਰ ਰਹੇ ਹਾਂ ਤੁਸੀਂ ਮਾਰ ਰਹੇ ਹਾਂ, ਜੇ ਆਪਾਂ ਇੱਧਰ ਉੱਧਰ ਐਵੇਂ ਹੱਥ ਮਾਰੀ ਜਾਈਏ ਤਾਂ ਫਿਰ ਵੀ ਉਹ ਠੀਕ ਨਹੀਂ ਲੱਗਦਾ, ਪਰ ਜੇ ਤੁਹਾਡੇ ਹੱਥਾਂ ਦਾ ਜੈਸਟਰ ਸਹੀ ਹੈ, ਸਹੀ ਤਰੀਕੇ ਨਾਲ ਖੜ੍ਹੇ ਆਪਾਂ, ਤਾਂ ਉਹ ਜਿਹੜਾ ਉਹਦਾ ਇੰਪ੍ਰੈਸ਼ਨ ਜਿਹੜਾ ਬੈਟਰ ਪੈਂਦਾ, ਉਹ ਤੁਹਾਡਾ ਕੌਨਫੀਡੈਂਸ ਉਹਦੇ ਵਿੱਚ ਵੀ ਝਲਕਦਾ। ਦੋਸਤੋ, ਆਪਣੀ ਦੋਸਤੀ ਵੀ ਇਹੋ ਜਿਹੇ ਲੋਕਾਂ ਨਾਲ ਰੱਖੋ ਜਿਨ੍ਹਾਂ ਦਾ ਵਤੀਰਾ ਜਿਹੜਾ ਨਾ ਉਹ ਹਾਂ ਪੱਖੀ ਹੈ, ਜੋ ਜੀਵਨ ਵਿੱਚ ਕੁਝ ਹਾਸਲ ਕਰਨਾ ਚਾਹੁੰਦੇ ਨੇ, ਜੋ ਅੱਗੇ ਵਧਣਾ ਚਾਹੁੰਦੇ ਨੇ, ਉਹਨਾਂ ਦੀ ਕੰਪਨੀ ਵਿੱਚ ਤੁਸੀਂ ਬਹੁਤ ਕੁਝ ਜਿਹੜਾ ਨਾ ਉਹ ਸਿੱਖ ਸਕਦੇ ਹੋ। ਅਤੇ ਜੇ ਤੁਹਾਡੇ ਦੋਸਤ ਹੀ ਮਾੜੇ ਨੇ, ਕਹਿੰਦੇ ਨੇ ਜੇ ਕਿਸੇ ਦੇ ਬਾਰੇ ਜਾਣਨਾ ਚਾਹੁੰਦੇ ਹੋ ਨਾ, ਉਹ ਦੇਖੋ ਕਿ ਉਹਦੀ ਦੋਸਤੀ ਕਿਹਨਾਂ ਲੋਕਾਂ ਨਾਲ ਹੈ, ਉੱਥੋਂ ਤੁਹਾਨੂੰ ਉਸ ਇਨਸਾਨ ਦੇ ਬਾਰੇ ਜ਼ਿਆਦਾ ਪਤਾ ਲੱਗ ਸਕਦਾ। ਅਖੀਰ ਵਿੱਚ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਆਤਮ ਵਿਸ਼ਵਾਸ ਵਧਾਉਣ ਦੇ ਲਈ ਸਾਨੂੰ ਜਿਹੜੀ ਹੈ ਨਾ, ਪਹਿਲੀ ਗੱਲ ਚਾਹੀਦੀ ਹੈ ਕਿ ਖੁਦ 'ਤੇ ਵਿਸ਼ਵਾਸ ਹੋਣਾ ਚਾਹੀਦਾ, ਆਪਣੇ ਆਪ 'ਤੇ ਸਾਨੂੰ ਬਿਲੀਫ ਜਾਂ ਟਰੱਸਟ ਹੋਣਾ ਚਾਹੀਦਾ ਕਿ ਵੀ ਮੈਂ ਇਹ ਕਰ ਸਕਦਾ। ਦੂਸਰੀ ਗੱਲ, ਨੌਲੇਜ ਜ਼ਰੂਰ ਇਕੱਠੀ ਕਰਨ ਦੀ ਕੋਸ਼ਿਸ਼ ਕਰੋ, ਸਿੱਖਣ ਦੀ ਕੋਸ਼ਿਸ਼ ਕਰੋ, ਕਿ ਤਾਂ ਹੀ ਤੁਸੀਂ ਜ਼ਿੰਦਗੀ 'ਚ ਅੱਗੇ ਵੱਧ ਸਕਦੇ ਹੋ। ਅਤੇ ਜਿਹੜਾ ਵੀ ਕੰਮ ਕਰਨ ਲੱਗੇ ਹੈ ਉਹਦੀ ਤਿਆਰੀ ਜ਼ਰੂਰ ਕਰੋ। ਤਿਆਰੀ ਕਿਵੇਂ ਹੋਣੀ? ਪ੍ਰੈਕਟਿਸ ਕਰਕੇ, ਪ੍ਰੈਕਟਿਸ ਕੀ, ਰਿਪੀਟ, ਵਾਰ ਵਾਰ ਕਰਨ ਦੇ ਨਾਲ ਤੁਹਾਨੂੰ ਜਿਹੜਾ ਨਾ ਉਹ ਕੰਮ ਦੇ ਵਿੱਚ ਤੁਹਾਡਾ ਚੰਗੀ ਤਰ੍ਹਾਂ ਹੱਥ ਟੇਕ ਜਾਏਗਾ, ਅਤੇ ਤੁਹਾਡੇ ਅੱਗੇ ਵਧਣ ਦੇ ਮੌਕੇ ਬਣ ਜਾਣਗੇ, ਤੁਹਾਡਾ ਕੌਨਫੀਡੈਂਸ ਵੱਧ ਜਾਏਗਾ। ਇੱਕ ਦਿਨ ਮੈਂ ਪਹਿਲੇ ਵੀ ਗੱਲ ਕੀਤੀ ਸੀ ਕਿ ਹੀ ਹੂ ਡੇਅਰਸ ਵਿਨਸ, ਜੀਵਨ ਵਿੱਚ ਸਿਰਫ ਹੌਸਲੇ ਕਰਨ ਵਾਲੇ ਦੋਸਤੋ ਜਿੱਤਿਆ ਕਰਦੇ ਹਨ। ਇੱਕ ਵਾਰੀ ਸਵਾਮੀ ਵਿਵੇਕਾਨੰਦ ਉਹ ਕਿਤੇ ਜੰਗਲਾਂ ਦੇ ਵਿੱਚ ਜਾ ਰਹੇ ਸਨ, ਅਤੇ ਉਹਨਾਂ ਦੇ ਮਗਰ ਬੰਦਰ ਜਿਹੜੇ ਲੱਗ ਗਏ, ਅਤੇ ਸਵਾਮੀ ਵਿਵੇਕਾਨੰਦ ਨੂੰ ਉਹ ਥੋੜ੍ਹਾ ਬਹੁਤ ਤੰਗ ਵੀ ਕਰਨ ਲੱਗੇ, ਅਤੇ ਵਿਵੇਕਾਨੰਦ ਸਾਹਿਬ ਥੋੜ੍ਹਾ ਜਿਹਾ ਫਿਰ ਦੌੜਨ ਲੱਗੇ, ਅਤੇ ਬਾਂਦਰ ਜਿੱਦਾਂ ਤੁਸੀਂ ਕਰੋਗੇ ਮੋਸਟਲੀ ਉੱਦਾਂ ਹੀ, ਅਤੇ ਬਾਂਦਰ ਵੀ ਉਹਨਾਂ ਦੇ ਮਗਰ ਦੌੜਨ ਲੱਗੇ। ਹੁਣ ਸਵਾਮੀ ਵਿਵੇਕਾਨੰਦ ਬਹੁਤ ਡਰ ਗਏ ਇਸ ਗੱਲ ਤੋਂ, ਪਰ ਫਿਰ ਕਿਸੇ ਦੀ ਆਵਾਜ਼ ਆਈ ਕਿ ਤੂੰ ਇਹਨਾਂ ਕੋਲੋਂ ਡਰ ਨਾ, ਤੂੰ ਇਹਨਾਂ ਦੇ ਮਗਰ ਭੱਜ। ਅਤੇ ਸਵਾਮੀ ਵਿਵੇਕਾਨੰਦ ਨੇ ਇਸ ਤਰ੍ਹਾਂ ਹੀ ਕੀਤਾ ਕਿ ਉਹ ਉਹਨਾਂ ਬਾਂਦਰਾਂ ਦੇ ਮਗਰ ਦੌੜਿਆ ਜਦੋਂ, ਅਤੇ ਫਿਰ ਬਾਂਦਰ ਅੱਗੇ ਅੱਗੇ ਦੌੜਨ ਲੱਗ ਪਏ। ਇਸ ਦਾ ਮਤਲਬ ਕੀ ਹੈ ਕਿ ਜਿਹੜਾ ਡਰ ਹੈ ਨਾ, ਜੇ ਤੁਸੀਂ ਉਹਦੇ ਅੱਗੇ ਅੱਗੇ ਦੌੜੋਗੇ ਤਾਂ ਉਹ ਤੁਹਾਡੇ ਪਿੱਛੇ ਪਿੱਛੇ ਦੌੜੇਗਾ, ਮੁਸੀਬਤ ਜਿਹੜੀ ਤੁਹਾਡੇ ਮਗਰ ਮਗਰ ਤੁਰੀ ਰਹੇਗੀ। ਪਰ ਜੇ ਤੁਸੀਂ ਖੜ੍ਹੇ ਹੋ ਜਾਂਦੇ ਹੋ, ਉਸ ਦਾ ਸਾਹਮਣਾ ਕਰਦੇ ਹੋ, ਦੇਖਣ ਦੀ ਕੋਸ਼ਿਸ਼ ਕਰਦੇ ਹੋ ਕਿ ਆਖਰ ਇਹ ਪ੍ਰੋਬਲਮ ਹੈ ਕੀ, ਇਸ ਨੂੰ ਮੈਂ ਕਿਵੇਂ ਹੱਲ ਕਰ ਸਕਦਾ ਹਾਂ, ਅਤੇ ਫਿਰ ਪ੍ਰੋਬਲਮ ਤੁਹਾਡੇ ਅੱਗੇ ਅੱਗੇ ਤੁਰ ਪੈਂਦੀ ਅਤੇ ਤੁਸੀਂ ਉਹਦੇ ਪਿੱਛੇ ਪਿੱਛੇ ਤੁਰ ਪੈਂਦੇ ਹੋ। ਇੱਕ ਜਗ੍ਹਾ 'ਤੇ ਮੈਂ ਕਿਤੇ ਪੜ੍ਹਿਆ ਸੀ, ਵੈਨ ਲਾਈਫ ਪੁੱਟਸ ਯੂ ਇਨ ਟਫ ਸਿਚੁਏਸ਼ਨਸ, ਵੈਨ ਲਾਈਫ ਪੁੱਟਸ ਯੂ ਇਨ ਟਫ ਸਿਚੁਏਸ਼ਨਸ, ਡੋਂਟ ਸੇ ਵਾਈ ਮੀ, ਸੇ ਟਰਾਈ ਮੀ। ਅਤੇ ਆਹ ਹੁਣ ਸਮਾਂ ਹੈ ਇੱਕ ਵਾਰ ਫਿਰ ਦੁਹਰਾਉਂਦਾ, ਇਫ ਵੀ ਡੋਂਟ ਡੂ ਸਮਥਿੰਗ ਨਿਊ, ਨਥਿੰਗ ਨਿਊ ਵਿਲ ਹੈਪਨ। ਦੋਸਤੋ, ਜੇ ਅਸੀਂ ਕੁਝ ਵੀ ਨਵਾਂ ਨਾ ਕਰਾਂਗੇ ਤਾਂ ਕੁਝ ਵੀ ਨਵਾਂ ਨਹੀਂ ਹੋਵੇਗਾ। ਸੋ ਰੋਜ਼ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ। ਆਸ ਹੈ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਮੈਨੂੰ ਹੁਣ ਇੱਥੇ ਹੀ ਦਿਓ ਇਜਾਜ਼ਤ, ਤੁਸੀਂ ਆਪਣਾ ਰੱਖਿਓ ਖਿਆਲ। ਇਸ ਪ੍ਰੋਗਰਾਮ ਦੀ ਫੀਡਬੈਕ info@akalchannel.tv 'ਤੇ ਭੇਜਣਾ ਨਾ ਭੁੱਲਣਾ। ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਅਗਲੇ ਹਫ਼ਤੇ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।